ਰਾਤੀ ਤਾਂ ਮੈਂ ਸੌ ਗਈ ਸੀ, ਉਸ ਤੋਂ ਬਾਅਦ ਇੰਨੀ ਜ਼ਿਆਦਾ ਟਾਇਰਡ ਸੀ, ਸੋ ਹੁਣ ਸਿੱਧਾ ਅਰਲੀ ਮਾਰਨਿੰਗ ਉੱਠ ਕੇ ਮਤਲਬ ਕਿ ਹੁਣੇ ਫੁੱਲ ਰੈਡੀ ਹੋ ਚੁੱਕੇ ਹਾਂ। ਸੋਰੀ ਗਾਇਜ਼, ਮੈਂ ਮੇਕਅਪ ਵਾਲਾ ਟਾਈਮ ਨਹੀਂ ਸ਼ੂਟ ਕਰ ਪਾਈ ਬਿਕਾਜ਼ ਬਹੁਤ ਜਲਦੀ ਜਲਦੀ ਹੋ ਰਿਹਾ ਸੀ ਸਾਰਾ ਸਵੇਰ ਸੇ। ਸੋ ਹੁਣ ਫਾਈਨਲੀ ਇਹ ਮੇਰੀ ਫਸਟ ਲੁੱਕ ਹੈ, ਸੋ ਆਪਾਂ ਹੁਣ ਸਟਰੇਟ ਜਾ ਰਹੇ ਹਾਂ ਸ਼ੂਟ ਵਾਸਤੇ ਐਂਡ ਫਿਰ ਮਿਲਦੇ ਹਾਂ ਉੱਥੇ, ਕਰ ਦਿੰਗੇ ਗੱਲਾਂ। ਹੁਣ ਚੱਲੇ ਹਾਂ ਆਪਾਂ ਸੈੱਟ 'ਤੇ। ਜੈਜ਼ ਹੋ ਗਿਆ ਸਾਰਾ ਪੈਕਟ ਹੈ, ਸਾਰਾ ਕੁਛ ਪੈਕਟ ਹੈ। ठंड बहुत है, मेनू है हो रहा है कि मैं जैकेट लैन दिनी हाँ भी वैदर सही होगा, पर इतने आके लै गया कल मैं पाई भी ना भी टाइट हो गई बैग बहुत दुखी। नहीं नहीं है ये ताड़ा वैसे भी इंट्रो शॉट है वीडियो चे। अच्छा ये इंट्रो शॉट है। हां जी बस ठीक है। हां जी भाई तो क्लासो के पीछे रख दो, देखो ना सही है। केडी रिकॉर्डिंग नहीं भेजनी, ओवर रिकॉर्डिंग चलती रही तो बाद चो सी काफी बार तुम पे गाने बोला कटियां किना मैं ना मैंने सब नहीं गया ना भाई तो बना सब नहीं गाना दे रहे ना है ना थोड़ी तो जी क्या हाल है। ਕੋਈ ਗੱਲ ਨਹੀਂ, ਇਸ ਤੋਂ ਬਾਅਦ ਚ ਇਦਾਂ ਇੱਕ ਹੈਗਾ ਪੈਰਾ ਹੋਰ ਠੀਕ ਹੈ ਜੀ। ਮੈਂ ਇੱਕ ਵਾਰੀ ਸਾਰਾ ਕਰ ਸਾਰਾ ਵੀ ਕਰ ਹੀ ਲਊਂਗਾ ਇੱਕ। ਹਾਂਜੀ ਤੁਹਾਡਾ ਉਹ ਟਿੱਕਾ ਦੇਖਿਓ ਉਹਨਾਂ ਦਾ ਸੈਂਟਰ 'ਚ ਹਿੱਲ ਗਿਆ ਪੱਕੀ। ਲਾਇਓ ਪਹਿਲਾਂ ਪਹਿਲਾਂ ਆਹ ਲਾ ਦਿਓ ਆਹ ਮੇਨ ਆ। अमित महाराज जी शर्मा जी अमित कुमार फिल्म जो ये अपना जी अमित कुमार फिल्म जो जैस बहुत समा मेकअप कर दी मेरा किसी का नहीं है जैज बेचना नहीं कि जैजो की काली ओडी बच्ची आ गई कितने शूट चल रही देवा जट दे ट्रांसपोर्ट दे यार्ड दे विच हमारी हिंदी फस फस निकलती है या देवा जट या देवा जट के जाड में ये शूट चल रहा है इसमें ठीक है जी क्या क्या हो जाएगा ये कैमरामैन देवा इतना नहीं इधर देखो जी शूट चल रहा है देवा जट देवा जट देवा जट देवा जट अन्य होता है जी वो मड़ा मोटा जिधर क्यों नहीं दिया मेकअप साड़ी मेकअप आ रहा टेस्ट हम जैज ਜਸਪਾਲ ਕੌਰ ਜੈਜ ਬਿਸ਼ਨ ਜੈਜ ਸੈਲਫੀ ਕੁਈਨ ਸੈਲਫੀ ਕੁਈਨ ਹਾਂਜੀ ਇਹ ਆਪਣਾ ਲਾਈਕ ਇਹ ਮੂੰਹ ਨਹੀਂ ਕਦੇ ਵੀ ਦਿਖਾਉਂਦੀ ਹੈਲੋ ਹੈਲੋ ਪਹਿਲੇ ਡਰ ਕੇ ਨਹੀਂ ਦੰਦ ਨਹੀਂ ਹੈਗੇ
ਠੀਕ ਹੈ ਜੀ ਠੀਕ ਹੈ ਜੀ ਇਹਨੇ ਮੇਰੀ ਗੁੱਸੇ ਚ ਮੇਰੀ ਵੀ ਅੱਖ ਦੇ ਮੁੱਕਾ ਮਾਰਿਆ ਲੈ ਕਿਸੇ ਨੇ ਮੁੱਕਾ ਮਾਰਿਆ ਸੀ ਕਿ ਮੈਂ ਕਹੇ ਅੱਧੀ ਬੋਲਦੇ ਸੱਟ ਲੱਗੀ ਹੋਈ ਆ ਪਰ ਮਾਰੀ ਕਿਸੇ ਨਹੀਂ ਆ ਜਸ ਵੇਰੇ ਆ ਮਾਰੇ हां जी भाई रेडी हो तुसी जी हां ये भी ठीक है जी गाना कितने लाना प्रधान हां जी अच्छा ठीक कर देंगे वैदा ही गाना कहने इन तो गाना शुरू तो कितों क्यों नहीं बेचो ला दो उन्होंने बस हाई स्पीड आई करे ते ये हाई स्पीड ये गाना कितों भी लगा ठीक है जी ए ए लग गई सोपा सवेर दे 5 बजे दे ऑलमोस्ट शूट कर रहे हैं काफी ज्यादा शूट कर चुके हैं काफी शॉट हो गए हैं हां जी सवेरे 5 बजे दे अपन शूट कर रहे जिस हिसाब नाल देखो तुसी देख सकदे कि हालत हो चुकी ऑलमोस्ट 14 घंटे 14 घंटे ते हुन भी 14 घंटे पहले ही हुने जाके सी उधर भी शूट करना ना आज काफी शूट कर ले काफी 18 घंटे दा शूट हो गया ओ माय गॉड तेरे हरी थोड़ी बहुत सवेरे दो शॉट किए हैं बड़े कॉन्फिडेंटली बोल रहे हैं देखो थोड़ी आगे कितने कितने क्या डाट दो शॉट मतलब पैसा नहीं नहीं पैसा ज्यादा बजट बढ़ता है पता की सीगा तुम लेट आए थे ना रात के अच्छा मैं ऐसे मैं फसल गया ना तुम मेरी वीडियो देख ली होगी कल दी कि मैं लेट आई सी कितने बजे आई सी असली क्या सी तुम आराम ना उठोगे ਅਸੀਂ ਤਾਂ ਹੀ ਦੋ ਸ਼ਾਟ ਰੱਖੇ ਸੀ ਓਹੋ ਸਵੇਰ ਦੇ ਦੇਖੋ ਅੱਛਾ ਕਰਨੇ ਨਾ ਹਾਂਜੀ ਤੁਹਾਡੇ ਕੀ ਹਾਲ ਹੈ ਲਈ ਇਹ ਸਾਰੇ ਝੂਠੇ ਨੇ ਬਿਲਕੁਲ ਬਲੀਵ ਨਾ ਕਰੇ ਆਮੀ ਜੀ ਸਗਲ ਮੈਨੂੰ ਛੱਡਿਆ ਦੇਖੋ ਅੱਛਾ ਅੱਜ ਤੁਹਾਡੇ ਟਾਈਮ ਲੱਗ ਗਿਆ ਸੌਣ ਦਾ ਕੱਲੂ ਆਪਾਂ ਕਰਾਂਗੇ 18 ਘੰਟੇ ਦਾ 18 ਘੰਟੇ ਨਹੀਂ ਘੱਟ ਕਰ ਲਾਂਗੇ 12 ਘੰਟੇ ਅੱਜ ਵੀ ਦੋ ਹੀ ਸ਼ਾਟ ਹੋਏ ਨੇ ਕੱਲ ਵੀ ਮੈਨੂੰ ਜਿਸ ਹਿਸਾਬ ਨਾਲ ਲੱਗ ਰਿਹਾ ਲੈਜੈਂਡ ਹੁੰਦੇ ਨੇ ਉਹਨਾਂ ਨੂੰ ਥੋੜਾ ਹੀ ਜ਼ਿਆਦਾ ਕੇਅਰ ਰੱਖਣੀ ਪੈਂਦੀ ਆ ਆ ਸਿੰਗਰ ਸਾਹਿਬ ਨਹੀਂ 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 ਇਸੇ ਇਸੇ ਗੱਲ ਦੇ ਆਲ ਟਾਈਮ ਲਾਈਨ ਹੋ ਜੀ ਕੋਈ ਵੀ ਗਾਣੇ ਦੀ ਹੁਣ ਮੈਨੂੰ ਗਾਣਾ ਨਹੀਂ ਆਇਆ ਤੁਹਾਨੂੰ ਦੇਖ ਕੇ ਗਾਣਾ ਭੁੱਲ ਗਏ ਭੁੱਲ ਗਏ ਨਾ 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 ਵੀ ਰਿਕਾਰਡ ਹੋ ਗਿਆ ਸਿੰਗਰ ਉਹ ਜੱਟੀ ਏ ਨਸ਼ੇ ਦੀ ਲੋਰ ਆਉਣ ਦੇ ਜ਼ਰਾਕ ਮੈਂ ਕਿਹਾ ਜੱਟੀ ਏ ਨਸ਼ੇ ਦੀ ਲੋਰ ਆਓ ਜੱਟੀ ਏ ਨਸ਼ੇ ਦੀ ਲੋਰ ਆਉਣ ਦੇ ਜ਼ਰਾਕ ਮੰਜਾ ਖਿੱਚ ਕੇ ਛੜੇ ਦਾ ਛਾਵੇਂ ਡਾ ਜਾ ਨੀ ਡੰਡੀਆਂ ਦਾ ਪੀ ਗਏ ਸੁਲਫਾ ਓ ਤੇਰਾ ਵੈਲੀਆਂ ਦੇ ਨਾਲ ਮਲਾ ਜਾ ਨੀ ਡੰਡੀਆਂ ਦਾ ਪੀ ਗਏ ਸੁਲਫਾ ਥੈਂਕ ਯੂ ਤੁਹਾਡੀਆਂ ਬਾੜੀਆਂ ਵੇਚ ਕੇ ਅਸੀਂ ਗਰੀਬ ਬੰਦੇ ਸੁਲਫਾ ਪੀ ਗਏ ਇਹ ਕਮਲ ਘੂੜੇ ਨੇ ਕਾਂਡੇ ਗੁੰਡੇ ਵੇਚ ਕੇ ਨਾ ਸੁਲਫਾ ਲਾ ਗਿਆ ਮੁੰਡਾ ਠੀਕ ਹੈ ਬਹੁਤ ਵਧੀਆ ਬਹੁਤ ਅੱਛਾ ਜਾ ਰਹੇ ਹੋ ਕਿੱਥੇ ਆਓ ਓਹੋ ਅਨਾ ਕੈਨਰ ਜੀ ਸਾਈਨ ਕਿੱਥੇ ਆ ਕਿੱਥੇ ਇੱਕ ਮਿੰਟ ਉਹ ਇਹਨੂੰ ਅੱਛਾ ਇਹਦੇ ਚ ਰੱਖਿਆ ਹੋਇਆ ਹੈ ਕਿਉਂ ਇਹਦੇ ਚ ਸੌਂਦਾ ਨਾ ਅੱਛਾ ਅੱਛਾ ਇਹ ਤਾਂ ਬਿਲਕੁਲ ਫੀਜ਼ ਮਾਰ ਗਿਆ ਇੱਕ ਓ ਮਾਈ ਗਾਡ ਕਿੰਨਾ ਕਿਊਟ ਕਿੰਨਾ ਖੁਸ਼ ਹੋ ਗਿਆ ਨਾ ਹਾਂ ਕਿਉਂਕਿ ਪਿਆਰ ਨਾਲ ਬੁਲਾ ਲਿਆ ਨਾ ਓ ਪੁੱਤ ਹਾਂਜੀ ਓਏ ਓ ਪਿਆਰ ਕਰਨਾ ਖਰਚਾ ਖਰਚਾ ਹਲੇ ਨਹੀਂ ਹਲੇ ਨਹੀਂ ਹਲੇ ਨਹੀਂ ਨਹੀਂ ਹਾਂ ਹਾਂ ਕੀ ਹੋਇਆ ਕੀ ਹੋਇਆ ਉੱਪਰ ਆਣਾ ਉੱਪਰ ਆਣਾ ਓਏ ਕਿਊਟੂ ਖੁਸ਼ ਹੋ ਗਿਆ ਓਕੇ ਗਾਇਸ ਸੋ ਹੁਣ ਚਲੋ ਜੀ ਪੈਕ ਅਪ ਹੈ ਮਿਲਦੇ ਹਾਂ ਫਿਰ ਕੱਲ ਅੱਜ ਆਪਾਂ ਨੇ ਸ਼ੂਟ 8 ਵਜੇ ਓ ਵੈਲਕਮ ਵੈਲਕਮ ਮੈਂ ਤਾਂ ਕਹਿ ਰਹੀ ਸ਼ਾਮ ਨੂੰ ਸ਼ੂਟ ਸ਼ੁਰੂ ਕਰਾਂਗੇ ਆਪਾਂ ਕਿੰਨੇ ਵਜੇ ਦਾ ਕਾਲ ਟਾਈਮ ਸੀ ਮੈਨੂੰ ਲੇਟ ਸੀ ਯਾਰ ਤੁਹਾਨੂੰ ਲੇਟ ਸੀਗਾ ਸਾਡਾ ਪਹਿਲਾ ਸੀ ਪਹਿਲਾ ਦਾ ਮੈਂ ਤਾਂ ਫੇਰ ਬਹੁਤ ਲੇਟ ਆ ਅੱਖਾਂ ਦੀ ਨੀਂਦ ਦੇਖੋ ਜੀ ਪ੍ਰਭਜੋਤ 9 ਵਜੇ ਦਾ ਸੀ ਕਿੰਨੇ ਟਾਈਮ ਹੋ ਗਿਆ ਮੈਂ ਤਾਂ ਮੈਕਸਿਮਮ ਬਹੁਤ ਨਹੀਂ ਲੀਤੇ ਅੱਛਾ ਟ੍ਰੈਫਿਕ ਬਹੁਤ ਹੈ ਠੀਕ 6-7 ਘਰ ਛੱਡ ਕੇ ਇਧਰ ਘਰ ਆਇਆ ਟਰੈਕਟਰ ਤੇ ਆ ਰਹੇ ਸੀ ਚਲੋ ਠੀਕ ਹੈ ਕੋਈ ਨਹੀਂ ਕਰ ਏਸੀ ਅੱਜ ਦੀ ਲੋਕ ਸੋ ਸੈਕਿੰਡ ਡੇ
कल का शूट तुम सारे ने वेख्या ही है तो अज बहुत ज़्यादा टायर्ड आ मैं लाइक सवेर दी बहुत ज़्यादा टायर्ड सी तो मैं बिल्कुल भी कुछ शूट ही नहीं कर पाई सो मैं हूँ पूरी रेडी हो गई सी सो हेयर हमने हो रहे थे एंड ड्रेस भी हो चुकी सी तो मेकअप हेयर वेट कर रहे हैं कि हूँ मैं जल्दी जल्दी गला बंद करा तो हेयर करा बिकॉज ऑलमोस्ट सानू 3 आवर्स हो चुके हैं लेट्स डू दैट ओके long day height okay so here curls ho rahe hain basically so pehla apa karenge photo shoot kyunki fresh makeup hai so it's better to do photo shoot first haan ji so us to baad fir शॉर्ट ऑलमोस्ट रेडी अभी थोड़ी देर तक उस तो बाद फिर आप उठ जावे चलो मैं कैमरा सेट करता हूं जी वो मैं स्लो मो बढ़िया को पूछ पे आ जा रही है कौन से हां अच्छा है अच्छा रुको मैं तो डाल दिया नहीं करती हूं कलर बड़ा प्यारा आ रहा बहुत प्यारा आ रहा अच्छा बहुत लग रहा है कलर अच्छा सो ग्रीन वाला तो तुम देखा सी सारे ने उस तो बाद हुन ए वाली लुक है सो अस जल्दी जल्दी तैयार हो रहे हैं बिकॉज 5 मिनट ही मिले 5-10 मिनट मिले ने ताकि जल्दी जल्दी मेकअप करिए तो नैक्सट शॉट में निकलिए सो ए इस टाइम ए वाले लुक That's French. Arthur, dear. Okay, that's okay. That one. Okay. Finally, coffee mil gayi hai. Okay. Finally, coffee aa gayi hai. Thodi jaan ch jaan aa jayegi. Haan, hun aa jayegi because saadi energy level inna low ho chukya hai is time. French vanilla, hath de vich puri full energy saade kol aa hun. Mera look kivein lag reha hai guys? Please, mainu comment ch zarur dassiyo, okay? And again 12 grain plain kimchi bagel healthy not actually healthy but hone actually shorts te khao ho janda hai kyunki shorts te edda hunda hai ki time hi nahi milda hai ga vichon vich hi jaldi jaldi short ready hunda jaldi jaldi bhajjo change karo jaldi di short so time limit hundi hai to is karke fir food edda hi naal di naal si torte firte grab kar lenne ha okay so pa chaliye next location te to so karde hain photo update हेलो ये कितों आए हो तुसी
ਉਹਦੀ ਹੋ ਜਾਂਦੇ ਉਹੀ ਜੀ ਸਿਚੁਏਸ਼ਨ ਨਹੀਂ ਹੋ ਜਾਂਦੀ ਜਦੋਂ ਵਿਆਹ ਦੇ ਵਿੱਚ ਜਦ ਆ ਜਾਂਦਾ ਵੀਡੀਓ ਵਾਲਾ ਸਾਹਮਣੇ ਖੜੇ ਹੁੰਦਾ ਫਿਰ ਆ ਵੀਰ ਵੀਡੀਓ ਵਾਲਾ ਵੀਰ ਸਾਈਡ ਤੇ ਆਉਂ ਜਰਾ ਆ ਜੋ ਵੀਡੀਓ ਸਾਹਮਣੇ ਆ ਰੀਅਲ ਕੈਮਰੇ ਵਾਲੇ ਸਾਈਡ ਤੇ ਆ ਰੀਅਲ ਕੈਮਰੇ ਵਾਲੇ ਨੂੰ ਪੁੱਛੋ ਉਹਦੀ ਤਸੱਲੀ ਹੋ ਜੀ ਰੀਅਲ ਕੈਮਰੇ ਵਾਲੇ ਨੂੰ ਪਲੀਜ਼ ਵੀਡੀਓ ਬਣਾਉਣ ਦਿਓ ਨਹੀਂ 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 ਮੈਂ ਆ ਵੀ जाके कह दो कि कमल कह रही है कि मैं नहीं शूट करना हूँ बहुत टाइम हो गया बहुत टाइम हो गया बहुत मूड खराब हो रहा है और इतना लेट क्यों करता बस ठीक है मैं जाके कहना नहीं मैं नहीं कहूंगा यार भी माड़ा समझा जा रहा हूँ कमल पंगा पाके खड़ बैठे बेल्ट पता नहीं क्यों लाई हुई है पता नहीं हूँ इधर तो मैं हजे पता नहीं कह के देख दे ओके घंट आ गया प्रॉब तो सच्ची सीरियस हो गया हाँ जी बहुत टाइम लगता यार हाँ देखो आ रहे यार गड्डी चीज हुई इधर यार दस लोग मेनू बहुत ज्यादा ठंड लग रही है तो मैंने लगे मेरी तबीयत खराब हो रही है तो आप फिर गल कर देने बिकॉज इन्होंने काफी ज्यादा देखो मेनू नहीं पता कोई नहीं फ्री है आप कोई चक्कर नहीं कल ठंड च मारना एक्टिंग बहुत वधिया करदा भाई नहीं ठंड ज्यादा है भी मैं नहीं हुण शूट करना हैगा भी आपां शूट करांगे हुण कल नूं जां फिर देखदे आ मैं मन मान लिया सी तुसीं असीं मान लिया सी कि असीं कहा भी हो सकदा नहीं कुछ भी हो सकदा वा ना मैं तां उहदे मन के गया जद देखदे कहंदे मैं मुंह मान के जाऊंगा मुंह मान के जाऊंगा पता लग जाऊगा ओ आया भी हीरो तगड़ा थोड़ा जिहा एक्सप्रेशन कहंदा भी मैं ज्यादा दे देंगा हां हां फिर प्रॉब्लम आ गई मैं जगा फिर असीं मान गए मैं सिद्धा न गया मैं भाई यार नहीं रंग उड गया ਤੇ ਹੁਣ ਆਏ ਆ ਆਪਾਂ ਡਿਨਰ ਵਾਸਤੇ ਤੇ ਅਸੀਂ ਹੁਣ ਪਿਕਅਪ ਕਰਨ ਆਏ ਆ ਇਥੋਂ ਸ਼ਰਮਾ ਜੀ ਰੈਸਟੋਰੈਂਟ ਇੱਕ ਮਿੰਟ ਸ਼ਰਮਾ ਜੀ ਰੈਸਟੋਰੈਂਟ ਤੋਂ ਅਸੀਂ ਖਾਣਾ ਲਵਾਂਗੇ ਤੇ ਤੁਹਾਨੂੰ ਦੱਸਾਂਗੇ ਖਾਣਾ ਕਿੱਦਾਂ ਦਾ ਹੈ ਅਸੀਂ ਆਰਡਰ ਕੀਤਾ ਹੈ ਮਿਕਸ ਵੈਜ ਮਲਾਈ ਕੋ ਨਹੀਂ ਉਹ ਆਪਾਂ ਨੇ ਕੈਂਸਲ ਕਰਤੀ ਸੀ ਮਲਾਈ ਕੋਫਤਾ ਕੀਤਾ ਸੀ ਤੇ ਪਨੀਰ ਸ਼ਾਹੀ ਪਨੀਰ ਨਾਨ ਤੇ ਕਾਫੀ ਦੇਖਦੇ ਹਾਂ ਕਿੱਦਾਂ ਦਾ ਖਾਣਾ ਹੁੰਦਾ ਹੈ
tired. Long day. सही गल अखा देखियो. Lots of fun. Lots of good memories. बहुत मजा आया. बहुत मजा आया. बहुत ही ज्यादा. चलो फिर आज का दिन तो होंदा इथी एंड. कल सवेरे, कल तो रेस्ट डे है, यानी कि आप कल करांगे आराम, क्योंकि दो दिन लगातार शूट कर लिया. सो हुण असीं एक दिन का ब्रेक करके कल तो बाद यानी कि परसों नूं, हाँ जी परसों आप शूट करांगे दोबारा. तो फिर मिलते हैं फिर कल नूं. एक्चुअली कल नूं भी आप जरूर करांगे शूट. सो तद तक लई हुण सति श्री अकाल जी. मैनूं नींद आ रही है, असल च बोलिया नहीं जा रहा, फ्रीज हो रही है. ओके, ऑलराइट गाइज, बाय बाय.